ਓ ਕਿਤੇ ਢੋਲ ਵੱਜਦਾ ਓਏ ਕਿਤੇ ਹੀ ਮੱਚਾ ਓ ਮੈਂ ਕਿੱਥੇ ਹੁਜੀ ਪਵਾਰੇ ਜਾਣਗੇ ਫਿਰ ਪਵਾਰੇ ਲੋਕੀ ਪੇਟ ਕਰਨ ਜਾ ਰਹੇ ਆ ਸਪੈਸ਼ਲ ਡਿਮਾਂਡ ਤੇ ਜੀ ਆਇਆਂ ਨੂੰ ਖੁਸ਼ਾਮਦਿੱਤ ਐਂਟਰਟੇਨਮੈਂਟ ਦੇ ਹਵਾਲੇ ਨਾਲ ਜੋ ਹੈ ਖਾਸ ਲੈ ਹਾਜ਼ਰ ਹਾਂ ਮੈਂ ਸਾਡੇ ਇਸ ਪ੍ਰੋਗਰਾਮ ਦੇ ਪੀਡੀਸੀ ਐਂਟਰਟੇਨਮੈਂਟ ਸ਼ੋਅ ਦੇ ਵਿੱਚ ਜਿਸ ਸਵਿਚ ਸਭ ਤੋਂ ਪਹਿਲੇ ਤੁਹਾਡੀ ਮੁਲਾਕਾਤ ਕਰਾਉਣੇ ਆ ਪੰਜਾਬੀ ਸਿਨੇਮਾ ਦੀ ਪੰਜਾਬੀ 뮤직 ਇੰਡਸਟਰੀ ਦੀ ਉਸ ਸ਼ਖਸੀਅਤ ਨਾਲ ਜਿਨ੍ਹਾਂ ਦੀ ਆਵਾਜ਼ ਜਿਨ੍ਹਾਂ ਦਾ ਅੰਦਾਜ਼ ਜਿਨ੍ਹਾਂ ਦੀ ਅਦਾਇਗੀ ਨੂੰ ਤੁਸੀਂ ਪਰਵਾਹ ਹੰਗਾਰਾ ਦਿੱਤਾ ਤੇ ਹੁਣ ਇੱਕ ਨਵੇਂ ਰੂਪ ਵਿੱਚ ਉਹ ਤੁਹਾਡੇ ਸਾਹਮਣੇ ਆਏ ਨੇ ਜਿਸ ਦਾ ਨਾਂ ਹੈ ਜੀਓ ਇਹਨਾਂ ਦੇ ਲਿਖੇ ਅਲਫਾਜ਼ ਨੇ ਕਿ ਜੇ ਗੁਰਦਾਸ ਨੂੰ ਤੂੰ ਮਰ ਜਾਣਾ ਕਹਿੰਦੀ ਨਾ ਮਰ ਜਾਣੇ ਦੀ ਪੋਰਾ ਕੀਮਤ ਪੈਂਦੀ ਨਾ ਇਹਨਾਂ ਦੀ ਕੀਮਤ ਇਹਨਾਂ ਦੇ ਮুরিਦ ਜਾਣਦੇ ਨੇ ਇਹਨਾਂ ਦੇ ਚਾਉਣ ਵਾਲੇ ਜਾਣਦੇ ਨੇ ਬਾਬਾ ਗੁਰਦਾਸ ਮਾਨ ਸਾਡੇ ਨਾਲ ਜੀ ਆਇਆਂ ਨੂੰ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਪੰਜਾਬੀ ਵਿੱਚ ਤੁਹਾਡਾ ਨikhil ਜੀ ਬਹੁਤ ਬਹੁਤ ਮਿਹਰਬਾਨੀ ਔਰ ਤੁਹਾਡੀ ਪੂਰੀ ਟੀਮ ਦਾ ਤੁਹਾਡੇ ਪੂਰੇ ਸਾਰੇ ਸਟਾਫ ਦਾ ਬਹੁਤ ਬਹੁਤ ਸ਼ੁਕਰਾਨ ਕਿ ਤੁਸੀਂ ਤੁਸੀਂ ਸਾਨੂੰ ਇੰਨੀ ਇੱਜ਼ਤ ਦਿੱਤੀ ਹੈ ਪਿਆਰ ਦੇ ਦਿੱਤਾ ਸਤਿਕਾਰ ਦਿੱਤਾ ਹੈ ਹਮੇਸ਼ਾ ਦੀ ਤਰ੍ਹਾਂ ਮਾਨ ਸਾਹਿਬ ਸਮੇਂ ਸਮੇਂ ਸਮਰਥ ਕਿਹਾ ਜਾਂਦਾ ਜੀ ਬੇਸ਼ੱਕ ਤੁਸੀਂ ਸਮੇਂ ਦੇ ਹਮੇਸ਼ਾ ਹਾਣੀ ਰਹੇ ਹੋ ਤੇ ਹੁਣ ਸਮੇਂ ਦੇ ਹਾਣੀ ਤੁਸੀਂ ਬਣਦੇ ਹੋਏ ਇੱਕ ਬਲੌਗ ਲੈ ਕੇ ਆਏ ਹੋ ਜਿਸ ਦਾ ਨਾਮ ਹੈ ਜੀਓ ਜੀਓ ਬਲੌਗ ਹਾਂ ਪਹਿਲੇ ਤਾਂ ਜਾਨਣਾ ਚਾਹਾਂਗੇ ਬਲੌਗ ਤੇ ਸਹੀ ਸੁਣਿਆ ਸੀ ਇਹ ਬਲੌਗ ਕੀ ਹੈ ਬਲੌਗ ਵੀਡੀਓ ਦੇ ਨਾਲ ਤਾਲੁਕਤ ਰੱਖਦਾ ਹੈ ਤਾਂ ਇਸ ਕਰਕੇ ਜੀਓ ਜਿਹੜਾ ਮੇਰਾ ਸ਼ਬਦ ਹੈ ਕਿਉਂਕਿ ਮੇਰਾ ਤਕੀਅ ਕਲਾਮ ਹੈ ਕਿ ਮੰਚ ਦੇ ਉੱਤੇ ਸਟੇਜ ਦੇ ਉੱਤੇ ਜਦੋਂ ਵੀ ਮੈਂ ਜਾਣਾ ਮੋਸਟਲੀ ਆਪਣੀ ਆਡੀਅנס ਨੂੰ ਹਮੇਸ਼ਾ ਖੁਸ਼ ਰਹਿਣ ਦੀ ਜਿਉਣ ਦੀ ਅੰਦਰ ਇੱਕ ਦੁਆ ਕਰਦੇ ਹੋਏ ਮੌਨ ਦੇ ਨਾਲ ਗੱਲ ਕਰਦਾ ਜਿਉ ਤੇ ਉਥੋਂ ਇਹ ਸ਼ਬਦ ਇਹ ਇਹ ਸ਼ਬਦ ਫਿਰ ਗੁਰਿਕ ਨੇ ਉਥੋਂ ਚੁਣਿਆ ਕਿ ਪਾਪਾ ਦਾ ਤਕੀਅ ਕਲਾਮ ਹੈ ਤੋ ਇਸ ਨੂੰ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਉਹਨੇ ਫਿਰ ਜਿਉ ਵਲੌਗ ਦੇ ਨਾਲ ਤੇ ਜਿਵੇਂ ਮਾਨ ਸਾਹਿਬ ਨੇ ਜ਼ਿਕਰ ਇਸ ਦਾ ਕੀਤਾ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਦੱਸਣਾ ਚਾਹਵਾਂਗੇ ਕਿ ਜਿਹੜਾ ਵਲੌਗ ਜਿਸ ਨੂੰ ਤੁਸੀਂ ਇੰਨਾ ਸਰਾਰਿਓ ਇੰਨਾ ਪਿਆਰ ਦੇ ਰਹੇ ਹੋ ਉਹ ਮਾਨ ਸਾਹਿਬ ਦੇ ਸਾਹਬਜ਼ਾਦੇ ਗੁਰਿਕ ਮਾਨ ਵੱਲੋਂ ਟ੍ਰੈਕਟ ਕੀਤਾ ਗਿਆ ਜੀ ਮਨਸਾਬ ਉਹ ਤੁਹਾਡੇ ਕੋਲ ਆਈਡੀਆ ਲੈ ਕੇ ਆਏ ਸੀ ਜਾਂ ਤੁਸੀਂ ਸੋਚ ਰਹੇ ਸੀ ਕਿ ਯਾਰ ਇਹਦੇ ਵਿੱਚ ਕੁਝ ਕੀਤਾ ਜਾਵੇ ਅਸੀਂ ਟੂਰ ਤੇ ਜਾ ਰਹੇ ਸੀ ਅਮਰੀਕਾ ਤੇ ਗੁਰਿਕ ਵੀ ਸਾਡੇ ਨਾਲ ਸੀ ਤਾਂ ਗੁਰਿਕ ਨੇ ਕੁਝ ਇਹ ਸੋਚਿਆ ਕਿ ਜਿਹੜੇ ਬਾਕੀ ਦੇ ਦਿਨ ਹੁੰਦੇ ਕਿਉਂਕਿ ਮੋਸਟਲੀ ਸੈਟਰਡੇ ਸੰਡੇ ਨੂੰ ਪ੍ਰੋਗਰਾਮ ਹੁੰਦੇ ਉਹਨਾਂ ਦਿਨਾਂ ਦੇ ਵਿੱਚ ਤਾਂ ਠੀਕ ਹੈ ਕਿ ਤੁਸੀਂ ਕੰਮ ਕਰਦੇ ਹੋ ਸਟੇਜ ਤੇ ਹੁੰਨੇ ਹੋ ਇਹ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਮੁਸ਼ਕਲ ਕਰਨੀ ਪੈਂਦੀ ਹੈ ਜਾਂ ਰਿਆਜ਼ ਕਰਨਾ ਪੈਂਦਾ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਤੇ ਬਾਕੀ ਦੇ ਜਿਹੜੇ ਦਿਨ ਹੁੰਦੇ ਆ ਜੇ ਆਪਾਂ ਉਹਨੂੰ ਯੂਟਿਲਾਈਜ਼ ਕਰ ਲਈਏ ਇਸ ਵਲੌਗ ਵਾਸਤੇ ਕਿ ਦੁਨੀਆ ਦੁਨੀਆ ਦੇਖਣੀ ਚਾਹੁੰਦੀ ਹੈ ਦੁਨੀਆ ਇੱਕ ਤਬ ਆਪਣੇ ਆਪਣੇ ਘਰਾਂ 'ਚ ਬੈਠੀ ਹੈ ਟੈਲੀਵਿਜ਼ਨ ਤੇ ਵੀ ਬਹੁਤ ਕੁਝ ਦੇਖ ਲੈਂਦੀ ਹੈ ਕਿਸੇ ਦੇ ਜ਼ਰੀਏ ਦੁਨੀਆ ਦੇਖਣੀ ਕਿਸੇ ਦੀਆਂ ਅੱਖਾਂ ਦੇ ਨਾਲ ਦੁਨੀਆ ਦੇਖਣੀ ਇਹ ਇੱਕ ਮੇਰਾ ਖਿਆਲ ਹੈ ਬਹੁਤ ਖੂਬਸੂਰਤ ਆਈਡੀਆ ਸੀ ਗੁਰੇਕ ਦਾ ਕਿ ਉਹ ਮੇਰੀਆਂ ਅੱਖਾਂ ਦੇ ਨਾਲ ਕਿ ਮੈਂ ਉਹ ਉੱਥੇ ਲਿਜਾ ਕੇ ਮੈਨੂੰ ਉਸ ਜਗ੍ਹਾ ਤੇ ਲਿਜਾ ਕੇ ਗ੍ਰੈਂਡ ਕੈਨੀਅਨ ਉਹਦੇ ਨਾਲ ਇੱਕ ਹੋਰ ਜਗ੍ਹਾ ਸੀ ਜਿਹੜੀ ਪਾਣੀ ਨੇ ਬਣਾਈ ਸੀ ਆਪਣਾ ਰਸਤਾ ਇਖਤਿਆਰ ਕੀਤਾ ਸੀ ਔਰ ਇਹਨਾਂ ਖੂਬਸੂਰਤ ਉਸ ਨੂੰ ਤਰਾਸ਼ਿਆ ਸੀ ਫਿਰ ਉਹਦੀਆਂ ਬੜੀਆਂ ਖੂਬਸੂਰਤ ਲੋਕੇਸ਼ਨਸ ਸਾਨੂੰ ਮਿਲੀਆਂ ਸੋ ਉਹਨਾਂ ਦੇ ਵਿੱਚ ਜਾ ਕੇ ਮੇਰਾ ਖਿਆਲ ਹੈ ਦੁਨੀਆ ਨੇ ਦੁਨੀਆ ਦੇਖੀ ਬੈਠੇ ਬੈਠੇ ਸੋ ਮੈਂ ਪਹਿਲੇ ਸ਼ੁਰੂ ਹੀ ਕਰਦਾ ਕਿ 35 ਸਾਲ ਹੋ ਗਏ ਮੈਨੂੰ ਅਮਰੀਕਾ ਆਉਂਦੇ ਨੂੰ ਪਰ ਅਜੇ ਤੱਕ ਮੈਂ ਸਟੈਚੂ ਆਫ ਲਿਬਰਟੀ ਨਹੀਂ ਦੇਖਿਆ ਜੀ ਐਥ ਕੇ ਵੀ ਨਹੀਂ ਦੇਖਿਆ ਕਿ ਉਹ ਟਾਈਮ ਨਹੀਂ ਮਿਲਿਆ ਹੁਣ ਨੈਕਸਟ ਟਾਈਮ ਸਹੀ ਹੋ ਤੇ ਮਾਨ ਸਾਹਿਬ ਅਸੀਂ ਪੀਟੀਸੀ ਪੰਜਾਬੀ ਦੇ ਅਫੀਸ਼ੀਅਲ ਫੇਸਬੁਕ ਪੇਜ ਦੇ ਜ਼ਰੀਏ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਲੋਕ ਨੇ ਉਹਨਾਂ ਨਾਲ ਜੁੜੇ ਨੇ ਉਹ ਸਾਰੇ ਤੁਹਾਨੂੰ ਗੁਰਸਿਮਰਨ ਵਿੱਕੀ ਸਭ ਤੁਹਾਨੂੰ ਜੀ ਆਇਆਂ ਨੂੰ ਵਾਹ 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 ਐਨੀ ਜਲਦੀ ਕਿੰਨੀ ਮਤਲਬ ਦੁਨੀਆ ਨੇੜੇ ਹੋ ਗਈ ਹੈ ਨਿਖਲ ਜੀ ਕਿ ਬੈਠੇ ਬਿਠਾਏ ਤੁਸੀਂ ਇੱਥੇ ਸਾਰਾ ਕੁਝ ਹੁਣੇ ਤੁਸੀਂ ਲਾਈਵ ਦੇਖ ਰਹੇ ਹੋ ਔਰ ਲਾਈਵ ਉਨਾਂ ਦੇ ਕਮੈਂਟਸ ਵੀ ਆ ਰਹੇ ਹਨ ਮੈਂ ਐਸੇ ਪਿਆਰਿਆਂ ਦਾ ਐਸੇ ਚਾਉਣ ਵਾਲਿਆਂ ਦਾ ਤੇਰਾ ਦਿਲ ਤੋਂ ਸ਼ੁਕਰਗੁਜ਼ਾਰ ਕਿ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀਆਂ ਦੁਆਵਾਂ ਦੇ ਸਦਕੇ ਅਸੀਂ ਜਿਉਂਦੇ ਹਾਂ ਮੈਂ ਤੇ ਜੀਉ ਉਹਨਾਂ ਨੂੰ ਕਹਿਣਾ ਹੀ ਹੈ ਪਰ ਉਹ ਮੈਨੂੰ ਜਿਉਂਦਾ ਕਰਨ ਲਈ ਇਹ ਦੁਆਵਾਂ ਦਿੰਦੇ ਨੇ ਪਿਆਰ ਕਰਦੇ ਨੇ यूएसए ਤੋਂ ਮਲੇਸ਼ੀਆ ਤੋਂ ਕਿਤੋਂ ਕਿਤੋਂ ਲੋਕ ਜਿਹੜੇ ਨੇ ਉਹ ਜੁੜ ਰਹੇ ਨੇ ਔਰ ਬੜੀ ਦੇਰ ਤੋਂ ਇੰਤਜ਼ਾਰ ਉਹ ਕਰ ਰਹੇ ਸੀ ਕਿ ਤੁਸੀਂ ਉਹਨਾਂ ਨਾਲ ਰੂਪਰੂ ਹੋਵੋ ਤੇ ਇੱਥੋਂ ਮੇਰਾ ਫੇਸਬੁੱਕ ਤੋਂ ਵੀ ਯਾਦ ਆਏ ਤੁਸੀਂ ਹੁਣੇ ਗੂਗਲ ਤੇ ਫੇਸਬੁੱਕ ਦੇ ਹੈੱਡਕੁਆਰਟਰ ਵੀ ਹੋ ਗਿਆ ਉੱਥੋਂ ਦਾ ਐਕਸਪੀਰੀਅੰਸ ਉੱਥੋਂ ਦਾ ਮਾਹੌਲ ਕਿਹੋ ਜਿਹਾ ਹੈ ਉਹ ਬਹੁਤ ਕਮਾਲ ਸੀ ਬਹੁਤ ਕਮਾਲ ਦੀ ਦੁਨੀਆ ਹੈ ਇੱਕ ਜਿਹੜਾ ਉਹਦਾ ਮਾਲਕ ਹੈ ਮੈਂ ਤਾਂ ਉਹਨੂੰ ਦੇਖ ਕੇ ਹੈਰਾਨ ਹੋ ਗਿਆ ਮੈਨੂੰ ਦਿਖਾਇਆ ਗੁਰਿਕ ਨੇ ਉਹਦੇ ਆਸੇ ਪਾਸੇ ਪੂਰਾ ਸ਼ੀਸ਼ਾ ਹੀ ਲੱਗਿਆ ਸੀ ਉਹ ਵਿੱਚ ਮੀਟਿੰਗ ਚੱਲ ਰਹੀ ਸੀ ਉਹਨਾਂ ਦੀ ਕਹਿੰਦੇ ਉਹ ਬੈਠੇ ਜਿਹੜੇ ਸ਼ਖਸ ਉਹਨਾਂ ਨੂੰ ਦੇਖ ਦਿਓ ਮੈਂ ਕਿਹਾ ਹਾਂ ਕਹਿੰਦੇ ਇਹਦੇ ਹਮੇਸ਼ਾ ਇਹੀ ਪੈਂਟ ਤੇ ਇਹ ਇਹੀ ਮਤਲਬ ਉਹਦੇ ਕਮੀਜ਼ ਪਾਈ ਹੁੰਦੀ ਹੈ ਬਹੁਤ ਹੀ ਐਡਾ ਐਡੀ ਐਡੀ ਹਾਂਜੀ ਐਡੀ ਸਲਤਨਤ ਦਾ ਮਾਲਕ ਆ ਉਹ ਮਗਰ ਇਤਨਾ ਸਾਦਾ ਪਣ ਔਰ ਉਹ ਸਾਦੇਪਨ ਦੇ ਵਿੱਚ ਉਹ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਜ਼ੀਰੋ ਤੋਂ ਸ਼ੁਰੂ ਹੋਇਆ ਉਹ ਆਪਣੇ ਆਪ ਨੂੰ ਉਸਨੇ ਅਜੇ ਵੀ ਆਪਣੇ ਲੈਵਲ ਨੂੰ ਉਸੇ ਤਰ੍ਹਾਂ ਦਾ ਹੀ ਰੱਖਿਆ ਪਰ ਆਪਣੀ ਸੋਚ ਨੂੰ ਉੱਚਾ ਕਰਕੇ ਲੋਕਾਂ ਨੂੰ ਕੀ ਕੀ ਚੀਜ਼ਾਂ ਦਿੱਤੀਆਂ ਪਾਣੀਆਂ ਵੇ ਪਾਣੀਆਂ ਧਰਤੀ ਦੇ ਹਾਨੀਆਂ ਨੀਵਿਆਂ ਦਾ ਯਾਰ ਹੈ ਤੂੰ ਜੀਵਾਂ ਦਾ ਆਧਾਰ ਹੈ ਤੂੰ ਤੇਰੇ ਬਿਨਾ ਸਾਰੀਆਂ અધੂਰੀਆਂ ਕਹਾਣੀਆਂ ਹਰ ਖੁਸ਼ਹਾਲੀ ਪਿੱਛੇ ਹਰ ਹਰਿਆਲੀ ਪਿੱਛੇ ਤੇਰਾ ਹੀ ਤੇ ਹੱਥ ਹੈ ਤਾਹੇ ਗੁਰੂ ਸਾਹਿਬ ਕਹਿੰਦੇ ਪਵਨ ਗੁਰ ਪਾਣੀ ਪਤਰ ਮਾਤਾ ਤਰਤ ਮਹਤ ਹੈ ਪਿਓ ਜਿਹੜਾ ਉਹ ਹਮੇਸ਼ਾ ਪੁੱਤ ਨੂੰ ਡਾਇਰੈਕਸ਼ਨ ਜਿਹੜੀ ਉਹ ਦਿੰਦਾ ਰਹਿੰਦਾ ਸਾਰੀ ਜ਼ਿੰਦਗੀ ਦਿੰਦਾ ਪਰ ਹੁਣ ਇਸ ਵੀਡੀਓ ਦੌਰਾਨ ਪੁੱਤ ਦੀ ਡਾਇਰੈਕਸ਼ਨ ਦੇ ਥੱਲੇ ਕੰਮ ਕਰਨ ਦਾ ਜਿਹੜਾ ਮੌਕਾ ਸੀ ਉਹ ਤੁਹਾਨੂੰ ਮਿਲਿਆ ਉਹ ਉਹ ਕੁਝ ਇਮੋਸ਼ਨਲ ਅਹਿਸਾਸ ਵੀ ਹੋਣਗੇ ਜਦੋਂ ਪਿਓ ਦੀ ਜੁੱਤੀ ਮੁੰਡੇ ਦੇ ਮੇਚ ਆ ਜਾਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਉਹ ਤੁਹਾਡਾ ਹਾਂ ਨਹੀਂ ਹੋ ਗਿਆ ਕਿਉਂਕਿ ਅੱਜ ਦੀ ਜਿਹੜੀ ਐਜੂਕੇਸ਼ਨ ਹੈ ਅੱਜ ਦਾ ਜਿਹੜਾ ਸਿਸਟਮ ਹੈ ਅੱਜ ਦਾ ਜਿਹੜਾ মিডিਆ ਹੈ মিডিਏ ਨੇ ਬਹੁਤ ਸੁਚੇਤ ਕੀਤਾ ਬੱਚਾ ਉਹ ਸਾਥੋ ਸਮਾਂ ਹੈ ਉਹ ਜਦੋਂ ਆਏਗਾ ਤੇ ਉਸ ਨੂੰ ਰਿਕਾਰਡ ਕਰਾਂਗੇ ਇਹ ਉਸ ਦੀ ਉਪਜ ਸੀ ਇਹ ਉਸ ਦੀ ਹਾਰਡ ਵਰਕ ਦੀ ਨਿਸ਼ਾਨੀ ਸੀ ਕਿ ਜਿਹੜੀ ਜਿਹਦੇ ਵਿੱਚ ਉਹ ਸਾਰਾ ਉਸ ਮੇਰੇ ਖਿਆਲ ਹੈ ਦੁਨੀਆ ਨੇ ਮੈਨੂੰ ਪਿਆਰ ਕੀਤਾ ਹੀ ਹੈ ਪਰ ਉਸ ਸ਼ਖਸ ਨੂੰ ਵੀ ਮੈਂ ਉਮੀਦ ਕਰਦਾ ਕਿ ਉਸ ਨੇ ਬਹੁਤ ਪਿਆਰ ਦੇਣਗੇ ਔਰ ਪਿਆਰ ਦਿੱਤਾ ਵੀ ਹੈ ਕਿਉਂਕਿ ਹੁਣ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਅਗਲੇ ਤੁਹਾਡੇ ਕੰਮ ਨੂੰ ਵੇਖ ਕੇ ਉਸੇ ਵੇਲੇ ਦੱਸ ਦਿੰਦੇ ਆ ਉਸੇ ਵੇਲੇ ਕਮੈਂਟਸ ਆਉਣੇ ਸ਼ੁਰੂ ਹੋ ਜਾਂਦੇ ਕਿ ਗੁਰਿਕ ਜੀ ਤੁਸੀਂ ਬਹੁਤ ਅੱਛਾ ਕੀਤਾ ਔਰ ਜਿੱਥੇ-ਜਿੱਥੇ ਵੀ ਜਾਂਦਾ ਹਾਂ ਮੈਂ ਮਤਲਬ ਮੇਰੇ ਨਾਂ ਨੂੰ ਤਾਂ ਬੁਲਾਉਂਦੇ ਹੀ ਆ ਪਰ ਉਹ ਹੁਣ ਗੁਰਿਕ ਦੀ ਵੀ ਪਹਿਚਾਨ ਹੈ ਆਪਣੀ ਔਰ ਇਸ ਤੋਂ ਪਹਿਲਾਂ ਵੀ ਉਸਨੇ ਇੱਕ ਖੂਬਸੂਰਤ ਵੀਡੀਓ ਬਣਾਇਆ ਹੈ ਜੀ ਅਸੀਂ ਜਿਹੜਾ ਕਿ ਜਿਹੜਾ ਸਟੇਜ ਅਮਰੀਕਾ ਦੇ ਵਿੱਚ ਕੀਤਾ ਸੀ ਉਹਦੇ ਵਿੱਚ ਬੜੀ ਖੂਬਸੂਰਤ ਬਾਤ ਹੈ ਸੀ ਕਿ ਮੈਂ ਇਕੋ ਡਰੈਸ ਦੇ ਵਿੱਚ ਸਾਰਾ ਪ੍ਰੋਗਰਾਮ ਕਰ ਦਿੰਦਾ ਸੀ ਅੱਛਾ ਕਿਉਂ ਮੈਨੂੰ ਟਾਈਮ ਹੀ ਨਹੀਂ ਮਿਲਦਾ ਲੋਕ ਜਾਣ ਵੀ ਨਹੀਂ ਦਿੰਦੇ ਮੈਨੂੰ ਹੂੰ ਹੂੰ ਕਿ ਬਸ ਖੜਾ ਰਹਿ ਸਾਹਮਣੇ ਕੋਈ ਚੁਟਕਲੇ ਵਾਲਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਤੂੰ ਬੋਲੀ ਚੱਲ ਤੂੰ ਗਾਈ ਚੱਲ ਮੈਨੂੰ ਕਿਉਂਕਿ ਮੈਨੂੰ ਵੀ ਸਾਹ ਲੈਣ ਦੀ ਜ਼ਰੂਰਤ ਹੈ ਕਿਉਂਕਿ ਹਰ ਉਮਰ ਦੇ ਮੁਤਾਬਕ ਥੋੜਾ ਜਿਹਾ ਵਕਤ ਮਤਲਬ ਇਹ ਚੀਜ਼ ਆਉਂਦੀ ਹੈ ਕਿ ਥੋੜਾ ਜਿਹਾ ਇੰਡੋਰੈਂਸ ਸਪੀਡ ਸਟੈਮਨਾ ਲੂਜ਼ ਹੋਣੇ ਸ਼ੁਰੂ ਹੋ ਜਾਂਦੇ ਪਰ ਫਿਰ ਵੀ ਮਾਲਕ ਨੇ ਬੜੀ ਕਿਰਪਾ ਕੀਤੀ ਕਿ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਵੀ ਮਾਲਕ ਦੀ ਬਖਸ਼ਿਸ਼ ਆ ਕਿਰਪਾ ਸਾਈ ਨਾਲ ਹੈ। ਅਰ ਪਰ ਉਹਦੇ ਵਿੱਚ ਜਿਹੜਾ ਇੱਕ ਗੀਤ ਸੀਗਾ ਜਾ ਚੁੱਪ ਕਰਕੇ ਤੁਰ ਜਾ ਉਹ ਉਸਨੇ ਜੋ ਸ਼ੂਟ ਕਰਕੇ ਲੈ ਕੇ ਆਇਆ ਉਹ ਲੇ ਲਦਾਖ ਦੇ ਵਿੱਚ। ਅੱਛਾ। ਲੇ ਲਦਾਖ ਆਬੂਦਾਬੀ ਉਹ ਉਹਨਾਂ ਦੇ ਜਿਹੜੇ ਪੂਰਾ ਜਿਹੜਾ ਸਹਰਾ ਹੈ, ਰੇਗਿਸਤਾਨ ਹੈ ਉਹਦੇ ਵਿੱਚ ਸ਼ੂਟ ਕਰਕੇ ਲੈ ਕੇ ਆਇਆ। ਸੋ ਐਨਾ ਖੂਬਸੂਰਤ ਆਈਡੀਆ ਸੀਗਾ। ਉਹਦੇ ਵਿੱਚ ਵੀ ਉਹ ਜਤਿੰਦਰ ਸ਼ਾਹ ਜੀ ਦਾ ਮਿਊਜ਼ਿਕ ਸੀ। ਤੋ ਉਹਨਾਂ ਦੋਨਾਂ ਨੇ ਮਿਲ ਕੇ ਉਹ ਚੀਜ਼ ਕੀਤੀ ਪਰ ਜਿਹੜਾ ਵੀਡੀਓਗ੍ਰਾਫੀ ਦਾ ਜਿਹੜਾ ਸੀਗਾ ਆਈਡੀਆ ਉਹਦਾ ਬਹੁਤ ਖੂਬਸੂਰਤ ਲੇ ਵਲੌਗ ਤੋਂ ਜੋ ਲੋਕ ਉਮੀਦ ਲਗਾ ਰਹੇ ਨੇ ਅੱਗੇ ਵਲੌਗ ਕਿਉਂਕਿ ਪਹਿਲੇ ਦੇ ਵਿੱਚ ਤੁਸੀਂ ਜਿਹੜੇ ਕੁਦਰਤੀ ਸੌਮੇ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਕੀਤੀ ਪਾਣੀ ਦੀ ਤੁਸੀਂ ਗੱਲ ਕੀਤੀ ਮਿੱਟੀ ਦੀ ਤੁਸੀਂ ਗੱਲ ਕੀਤੀ ਕਿ ਆਉਣ ਵਾਲੇ ਜਿਹੜੇ ਵਲੌਗ ਨੇ ਉਹਨਾਂ ਵਿੱਚ ਅਜਿਹੀ ਕੋਈ ਕੋਈ ਨਾ ਕੋਈ ਮੈਸੇਜ ਜਿਹੜਾ ਹਰ ਵਿੱਚ ਰਹੇਗਾ ਜੀ ਜਿਹੜੇ ਪਹਿਲੇ ਕਿੱਸਾਕਾਰ ਹੁੰਦੇ ਸੀ ਜਿਹੜੇ ਲਿਖੇ ਜਾਂਦੇ ਸੀ ਉਹਨਾਂ ਦੇ ਜਿਹੜੇ ਕਿੱਸਾਕਾਰ ਹੁੰਦੇ ਸੀ ਉਹ ਕੋਈ ਵੀ ਕੰਮ ਜਿਹੜਾ ਸ਼ੁਰੂ ਕਰਦੇ ਸੀ ਰੱਬ ਦੇ ਨਾਮ ਤੋਂ ਸ਼ੁਰੂ ਕਰਦੇ ਸੀ ਆਪਣੀ ਸਰਜ਼ਮੀਨ ਦੇ ਉਹਨੂੰ ਉਸਤਤ ਕਰਕੇ ਉਹਦੀ ਵਡਿਆਈ ਕਰਕੇ ਉਹ ਆਪਣਾ ਕੰਮ ਸ਼ੁਰੂ ਕਰਦੇ ਸੀ। ਤੋਂ ਅਸੀਂ ਵੀ ਜਿਹੜਾ ਇਹ ਸ਼ੁਰੂ ਕੀਤਾ ਹੈ ਇਹ ਉਸ ਦੀ ਉਸਤਤ ਕਰਕੇ ਵਡਿਆਈ ਕਰਕੇ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਇਹ ਇਹ ਸਾਰੀ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਪੰਜ ਤੱਤ ਹੈ ਜਿਨ੍ਹਾਂ ਤੋਂ ਅਸੀਂ ਬਣਿਆ ਹੈ। ਪੰਜ ਪੀਰ ਤੇ ਪੰਜ ਪਿਆਰੇ ਪੰਜ ਦਰਿਆ ਪੰਜਾਬੀ ਪੰਜ ਤੱਤਾਂ ਦਾ ਪੁਤਲਾ ਬੰਦਾ ਪੰਜ ਵਕਾਰ ਸ਼ਰਾਬੀ ਪੰਜੇ ਪਾਂਡੋ ਪੰਜੋਂ ਮੇ ਪਰਮੇਸ਼ਰ ਪੰਜ ਖੁਦਾ ਪੰਜ ਨਮਾਜ਼ ਖੁਦਾ ਦੀ ਪੰਜੇ ਤਖਤ ਤੇ ਪੰਜੇ ਕੱਕੇ ਸਿੱਖ ਪੰਥ ਦੀ ਚਾਬੀ ਪੰਜਾ ਸਾਹਿਬ ਗੁਰੂ ਕੀ ਨਗਰੀ ਪੰਜੇ ਨਾਲ ਨਵਾਜ਼ੀ ਪੰਜ ਚੀਜ਼ਾਂ ਤੋਂ ਬਣੇ ਪੰਜੀਰੀ ਪੰਜ ਤੋਂ ਬਣੀ ਪੰਜਾਬੀ ਸੋ ਇਹ ਪੰਜਾਬੀ ਨੂੰ ਇਹਨਾਂ ਪੰਜਾਂ ਤੱਤਾਂ ਤੋਂ ਲੈ ਕੇ ਇਹ ਉਹਨਾਂ ਦੀ ਵਡਿਆਈ ਕਰਕੇ ਉਹਨਾਂ ਦੇ ਨਾਮ ਦਾ ਗੁਣਗਾਨ ਕਰਕੇ ਉਹ ਜਗ੍ਹਾ ਦਾ ਇਹ ਸਿਰਫ ਇੱਥੋਂ ਤੱਕ ਦੀ ਖਤਮ ਜਿਹੜੀ ਆਉਣ ਵਾਲੀ ਚੀਜ਼ ਹੈ ਇਸ ਦੇ ਬਿਨਾਂ ਤੇ ਹੋਏਗੀ ਬਾਕੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੀ ਜ਼ਿੰਦਗੀ ਦੇ ਜਿਹੜੇ ਹੋਰ ਤੱਤ ਨੇ ਜਾਂ ਜ਼ਿੰਦਗੀ ਤੇ ਜਿਹੜੀ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਉਹਨਾਂ ਨੂੰ ਵੀ ਲੈ ਕੇ ਗੱਲ ਕੀਤੀ ਜਾਏਗੀ ਇਸ ਜ਼ਿੰਦਗੀ ਦੇ ਵਿੱਚ ਸਾਡੇ ਪੰਜਾਬੀ ਹੱਸਦੇ ਖੇਡਦੇ ਨੇ ਉਹ ਗੱਲਾਂ ਵੀ ਲੈ ਕੇ ਇਹਦੇ ਵਿੱਚ ਆਉਣ ਮਤਲਬ ਅਸੀਂ ਸ਼ਾਮਿਲ ਹੋਵਾਂਗੇ ਤੇ ਮਾਨ ਸਾਹਿਬ ਤੁਹਾਡੀ ਸ਼ਖਸੀਅਤ ਵੀ ਜੇ ਮੈਂ ਵੇਖੇ ਹੈ ਤੇ ਉਹ ਪਾਣੀ ਵਰਗੀ ਰਹੀ ਹੈ ਪਾਣੀ ਜਿਹੜਾ ਉਹ ਹਰ ਰੰਗ ਵਿੱਚ ਡਲ ਜਾਂਦਾ ਆਪਣਾ ਰਸਤਾ ਜਿਹੜਾ ਪਾਣੀ ਪਾਣੀ ਨੀਵੇਂ ਹੋ ਕੇ ਚੱਲਣ ਦੀ ਸਭ ਤੋਂ ਵੱਡੀ ਯਾਦ ਹੈ ਸਭ ਤੋਂ ਵੱਡੀ ਚੀਜ਼ ਹੈ ਤੇ ਤੁਸੀਂ ਦੌਰ ਦੇ ਵਿੱਚ ਜਿਹੜਾ ਵਕਤ ਦੇ ਨਾਲ ਵੇਖਿਆ ਟੈਲੀਫੋਨ ਆਇਆ ਕੰਪਿਊਟਰ ਆਇਆ ਹੁਣ ਸੋਸ਼ਲ ਮੀਡੀਆ ਆ ਗਿਆ ਵਕਤ ਦੇ ਨਾਲ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਉਸ ਦੇ ਹਿਸਾਬ ਨਾਲ ਟੱਲਣ ਦੀ ਇਹ ਜਿਹੜੀ ਜਿਹਨੂੰ ਕਹਿੰਦੇ ਕੁਆਲਿਟੀ ਹੈ ਇਸ ਬਾਰੇ ਤੁਸੀਂ ਕੀ ਕਹੋ ਪਾਣੀ ਦਾ ਸੁਭਾਈ ਜਿਹੜਾ ਟਲ ਜਾਣਾ ਹੈ ਸੋ ਟਲ ਜਾਣਾ ਬਿਹਤਰ ਹੁੰਦਾ ਹੈ ਹਮੇਸ਼ਾ ਕਿਸੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਕਹਿੰਦੇ ਨਾ ਜੈਸਾ ਦੇਸ਼ ਵੈਸਾ ਪੇਸ ਸੋ ਇਹ ਚੀਜ਼ ਆਖਤਿਆਰ ਕਰ ਲੈਣ ਜਿਹਨੇ ਸਮੇਂ ਦੇ ਮੁਤਾਬਕ ਚੱਲ ਰਹੀਆਂ ਚੀਜ਼ਾਂ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਬਹੁਤ ਪਿੱਛੇ ਰਹਿ ਜਾਣਾ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਤੁਸੀਂ ਆਪਣੀ ਹਾਮੇ ਦੇ ਵਿੱਚ ਆਪਣੀ ਈਗੋ ਪਿੱਛੇ ਕਿ ਮੈਂ ਤਾਂ ਇਹ ਨਹੀਂ ਕਰਤਾ ਮੈਂ ਇਹ ਨਹੀਂ ਕਰਤਾ ਉਹ ਨਹੀਂ ਕਰਤਾ ਮੈਂ ਇਹ ਛੱਡ ਕੇ ਤੁਸੀਂ ਉਹ ਬੱਚਿਆਂ ਦੀ ਗੱਲ ਵੀ ਸੁਣ ਲਿਆ ਕਿਉਂਕਿ ਬੱਚੇ ਅੱਜਕੱਲ ਬਹੁਤ ਮਤਲਬ ਬਹੁਤ ਕੁਝ ਜਾਣਦੇ ਆ ਕਈ ਦਫਾ ਹੁੰਦੀ ਹੈ ਕਿ ਬੱਚੇ ਦੇ ਕੋਲੇ ਐਨੇ ਗੁਣ ਹੁੰਦੇ ਆ ਇੰਨਾ ਟੈਲੈਂਟ ਹੁੰਦਾ ਅਸੀਂ ਉਸ ਨੂੰ ਨਲਾਇਕ ਹੀ ਸਮਝਨੇ ਆ ਛੱਡ ਯਾਰ ਕਿੱਥੇ ਕੀ ਬੋਲੀ ਜਾਣਾ ਯਾਰ ਇਹ ਤੇਰੀਆਂ ਗੱਲਾਂ ਸਾਨੂੰ ਨਹੀਂ ਸਮਝ ਆਉਂਦੀਆਂ ਹੈ ਪਰ ਉਹਦੇ ਕੋਲੇ ਹੁੰਦਾ ਜੇ ਉਸ ਨੂੰ ਇਹਨਾਂ ਬੱਚਿਆਂ ਨੂੰ ਪਛਾਣੋਗੇ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਚੱਲਾਂਗੇ ਮੇਰਾ ਖਿਆਲ ਹੈ ਤੁਹਾਡਾ ਕੰਮ ਵੀ ਸੌਖਾ ਹੋ ਜਾਏਗਾ ਤੇ ਇਸ ਵੀਡੀਓ ਦੌਰਾਨ ਕਿਸੇ ਗਲਤੇ ਹੋਇਆ ਕਿ ਕੋਈ ਵਿਚਾਰਾਂ ਦੀ ਤਕਰੀਰ ਜਿਹੜੀ ਜੀ ਜੀ ਬਹੁਤ ਹੋਇਆ ਸਾਨੂੰ ਬਹੁਤ ਕਿਉਂਕਿ ਇੱਕ ਸਾਡੇ ਸ਼ੋਅ ਚੱਲ ਰਹੇ ਸੀਗੇ ਤੇ ਸ਼ੋਅਾਂ ਦੇ ਵਿੱਚ ਜਿਹੜੀ ਟਰੈਵਲ ਸਾਨੂੰ ਬਹੁਤ ਕਰਨਾ ਪਿਆ ਮਨਜੀਤ ਦੀ ਸਿਹਤ ਠੀਕ ਨਹੀਂ ਸੀਗੀ ਤੋਂ ਉਹਨਾਂ ਕਰਕੇ ਸਾਨੂੰ ਬਹੁਤ ਜ਼ਿਆਦਾ ਇਹ ਹੋਣਾ ਸੀ ਕਿ ਯਾਰ ਇਹ ਕਿੱਧਰ ਲਈ ਜਾ ਰਿਹਾ ਯਾਰ ਇਹ ਕਿਉਂ ਲਈ ਜਾ ਰਿਹਾ ਯਾਰ ਉੱਥੇ ਪਤਾ ਨਹੀਂ ਕੀ ਹੋਣਾ अच्छा इतनी फिर उठे उस जगह पे गर्मी हम्म अह मेरा ख्याल है 45 डिग्री तो ऊपर से टेंपरेचर जेड़ा अच्छा ਤੁਸੀਂ ਦੇਖ ਲਓ ਉਹਦੇ ਵਿੱਚ ਵੀ ਅਸੀਂ ਜਾ ਕੇ ਉੱਥੇ ਕਰਕੇ ਆਏ ਪਰ ਤਤੀਵਾ ਨਹੀਂ ਲੱਗਣ ਦਿੱਤੇ ਮਾਲਕ ਨੇ ਪਰ ਜਿਹੜਾ ਹੁਣ ਚੀਜ਼ ਉਹ ਬਣ ਕੇ ਆਈ ਹੈ ਉਹਦੇ ਪਿੱਛੇ ਜੋ ਬੈਕਗ੍ਰਾਉਂਡ 뮤직 ਜਤਿੰਦਰ ਸ਼ਾਹ ਜੀ ਨੇ ਉਹ ਬਣਾ ਕੇ ਦਿੱਤਾ ਹੈ और गुरिक ਨੇ ਜੋ ਸੋਚਿਆ ਸੀ ਉਸ ਤੋਂ ਜ਼ਿਆਦਾ ਇਹ ਜਿਹੜੀ ਚੀਜ਼ ਬਣ ਕੇ ਆਈ ਹੈ ਕੁਦਰਤ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ ਹੈ ਪਰ ਹੁਣ ਸਾਡਾ ਵੇਲਾ ਹੈ ਕਿ ਅਸੀਂ ਕੁਦਰਤ ਨੂੰ ਕੀ ਦੇਣਾ ਹੈ ਤੇ ਤੁਹਾਡਾ ਤੇ ਮਨਜੀਤ ਜੀ ਦਾ ਪਹਿਲਾ ਰਿਐਕਸ਼ਨ ਜਿਹੜਾ ਸੀ ਜਦ ਤੁਸੀਂ ਇਸ ਨੂੰ ਵੇਖਿਆ ਵੀਡੀਓ ਨੂੰ ਉਹ ਪਹਿਲਾ ਰਿਐਕਸ਼ਨ ਕੀ ਸੀ ਮੈਨੂੰ ਇੱਕ ਵਾਰੀ ਇਸ ਤਰ੍ਹਾਂ ਲੱਗਿਆ ਕਿ ਯਾਰੇ ਕੁਝ ਅਲੱਗ ਕਿਸਮ ਦੀ ਚੀਜ਼ ਹੈ ਔਰ ਇਸ ਨੂੰ ਲੋਕ ਸਵੀਕਾਰ ਕਰਨਗੇ ਪਿਆਰ ਕਰਨਗੇ ਕਿਉਂਕਿ ਜਿਹੜੀ ਚੀਜ਼ ਦਿਲੋਂ ਕੀਤੀ ਜਾਵੇ ਨਾ ਜਿਹੜੀ ਚੀਜ਼ ਅੰਦਰੋਂ ਤੁਹਾਡੇ ਆਵਾਜ਼ ਨਿਕਲਦੀ ਹੈ ਜਿਹੜੇ ਜਿਹੜੇ ਲਫ਼ਜ਼ ਉਹ ਨਿਕਲੇ ਸੀਗੇ ਵਾਇ ਮੈਨ ਨਿਕਲੇ ਜੇ ਮਿੱਟੀ ਬਾਰੇ ਬੋਲੇ ਤਾਂ ਮਿੱਟੀ ਦੇ ਬਾਰੇ ਕੁਝ ਜੋ ਵੀ ਨਿਕਲੇ ਆ ਅੱਛਾ ਨਿਕਲੇ ਔਰ ਇਹ ਬਸ شدت ਦੀ ਬਾਤ ਹੈ ਜਦੋਂ ਤੁਸੀਂ ਆਪਣੇ ਮਨ ਦੇ ਨਾਲ ਕਰਦੇ ਹੋ ਦਿਲ ਦੇ ਨਾਲ ਕਰਦੇ ਹੋ ਆਪਣਾ 100% ਦੇ ਕੇ ਕਰਦੇ ਹੋ ਤਾਂ ਉਹਦਾ 100% ਉਹਦਾ ਰਿਜ਼ਲਟ ਵੀ ਉਸੇ ਤਰ੍ਹਾਂ ਦਾ ਜਿੰਨਾ ਕਿ ਤੁਸੀਂ ਪਾਓਗੇ ਇਨਪੁਟ ਆਉਟਪੁਟ ਆਕਰ ਵਿੱਚ ਤੁਸੀਂ ਇਹ ਕਹਿ ਰਹੇ ਜੋ ਬੀਜਿਆ ਹੈ ਉਹ ਤੁਹਾਡੇ ਸਾਹਮਣੇ ਬਸ ਉਹੀ 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 ਆਉਣਾ ਜਿਉ ਬਿਲਕੁਲ ਉਹਦਾ ਰਿਐਕਸ਼ਨ ਸਭ ਤੋਂ ਖੂਬਸੂਰਤ ਇਹ ਸੀਗਾ ਕਿ ਜਦੋਂ ਲੋਕਾਂ ਦੇ ਉਹਦੇ ਤੇ ਕਮੈਂਟਸ ਆਉਣੇ ਸ਼ੁਰੂ ਹੋਏ اور ودن آورز ایک کمال ہو گیا میں کہ یار تے پھر شکر ہے مالک دا کہ یار میری انہاں پنجاں تتاں نے سن لی پنجاں تتاں دے وچ مالک ہی ہے واقعی جویں مان صاحب نے کہے کہ یہ دل دا معاملہ جڑا ہے شدت نال اس نو تیار کیتا گیا تے میں چاہواں گا کیونکہ میں تے اس نو سبسکرائب کیتا ہی ہے مان صاحب دے افیشل YouTube ਚੈਨਲ ਤੇ ਤੁਸੀਂ ਜਾ ਕੇ ਉਸ ਨੂੰ ਸਬਸਕ੍ਰਾਈਬ ਕਰਕੇ ਤੇ PTC ਪੰਜਾਬੀ ਦੇ ਜ਼ਰੀਏ ਵੀ ਤੁਸੀਂ ਇਹ ਜਿਹੜੀ ਵੀਡੀਓ ਹੈ ਵੇਖ ਸਕਦੇ ਹੋ ਤੇ ਇਹਦੀ ਸੀਰੀਜ਼ ਜਿਹੜੀ ਮਾਨ ਸਾਹਿਬ ਹੋਰ ਕਿੰਨੇ ਇਹਦੀ ਜਿਹਨੂੰ ਕਹਿੰਦੇ ਹੋਰ ਸੀਰੀਜ਼ ਦੇ ਤੌਰ ਤੇ ਇਹ ਸਾਹਮਣੇ ਆਏਗਾ ਬਲੌਗ ਇਹ ਤਾਂ ਹਜੇ ਸ਼ੁਰੂ ਹੋਇਆ ਜੀ ਹੁਣ ਮੇਰਾ ਖਿਆਲ ਹੈ ਅੱਗੇ ਅੱਗੇ ਦੇਖਦੇ ਹਾਂ ਹੁਣ ਕਹਿਣ ਦੀ ਤਾਂ ਲੋੜ ਨਹੀਂ ਹੈ ਕਿ ਉਹ ਕਹਿਣਾ ਉਦੋਂ ਹੀ ਚਾਹੀਦਾ ਜਦੋਂ ਕੋਈ ਚੀਜ਼ ਬਣੀ ਹੋਵੇ ਤਿਆਰ ਹੋਵੇ ਸੋ ਕਿਸੇ ਨੂੰ ਲਾਰੇ 'ਚ ਰੱਖਣਾ ਚੰਗੀ ਗੱਲ ਨਹੀਂ ਹੁੰਦੀ ਦੇਵਾਨ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਜਿਵੇਂ ਕਿ ਹੈ ਕਿ YouTube ਦਾ ਜਿਹੜਾ ਇਹਨਾਂ ਦਾ ਅਫੀਸ਼ੀਅਲ ਚੈਨਲ ਹੈ ਗੁਰਦਾਸ ਮਾਨ ਸਾਹਿਬ ਦਾ ਨਾਂ ਨਾਲ YouTube ਤੇ ਅਵੇਲੇਬਲ ਹੈ ਉਸ ਨੂੰ ਸਬਸਕ੍ਰਾਈਬ ਕਰਕੇ ਇਹਨਾਂ ਦੀ ਹੋਰ ਵੀਡੀਓਜ਼ ਵੀ ਤੇ ਇਸ ਬਲੌਗ ਦੀ ਸੀਰੀਜ਼ ਦਾ ਤੁਸੀਂ ਆਨੰਦ ਜਿਹੜਾ ਉਹ ਮਾਣ ਸਕਦੇ ਹੋ ਬਹੁਤ-ਬਹੁਤ ਸ਼ੁਕਰੀਆ ਮਾਨ ਸਾਹਿਬ ਪਰ ਤੁਹਾਡਾ ਇੰਟਰਵਿਊ ਮੈਨੂੰ ਕਹਿੰਦਾ ਨਹੀਂ ਮਕਬੂਲ ਮਕਬੂਲ ਤੇ ਜ਼ਰੂਰ ਹੁੰਦੇ ਨੇ ਮੁਕੰਮਲ ਨਹੀਂ ਹੋ ਸਕਦੇ ਇਹ ਤੁਸੀਂ ਥੋੜੇ ਜਿ ਛੱਲੇ ਤੇ 2 17 ਸੂ ਮੈਂ ਛੱਲੇ ਦੀਆਂ ਬੋਲ ਜ਼ਰੂਰ ਸੁਣਾ ਮੈਂ ਪਹਿਲਾਂ ਹੀ ਅਰਜ਼ ਕੀਤੀ ਸੀ ਕਿ ਕੱਲ ਸ਼ੋਅ ਤੁਸੀਂ ਬੋਲ ਕੇ ਵੀ ਸੁਣਾ ਦੇ ਸਾਨੂੰ ਦੱਛਲਾ ਬੇਰੀ ਬੂਰੇ ਵਤਨ ਮਾਹੀ ਦਾ ਦੂਰ ਹੈ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਚੋਰਾ ਵੇ ਕਾਦਾ ਲਾਇਆ ਏ ਚੋਰਾ ਚੋਰਾ ਮਤਲਬ ਕਾਦੀ ਉਦਾਸੀ ਲਾਈਏ ਚੋਰੇ ਦਾ ਮਤਲਬ ਇਹ ਹੈ ਕਿ ਕੋਈ ਉਦਾਸੀ ਨਹੀਂ ਕਿਉਂ ਜਿਓ